ਵਕਤ ਅਸਲੀਆਂ ਖੁਸ਼ੀਆਂ ਅਸਾਂ ਨਿਆ ਖੁਸ਼ੀਆਂ ਵਿੱਚ ਸਭ ਤੋਂ ਬੜੀ ਖੁਸ਼ੀ ਇਹੀ ਹੈ ਤੇ ਅਲੀ ਬੜੇ ਖੂਬਸੂਰਤ ਨਾਂ ਹੈ ਅੱਲਾ ਪਾਕ ਇਸ ਸਾਡੇ ਬਦਰੀਏ ਕੀ ਆਪਣੇ ਹਬੀਬ ਨੇ ਸਦਕਾ ਇਸ ਕੀ ਸਿਹਤ ਤੰਦਰੁਸਤੀ ਅਤਾ ਫਰਮਾਏ ਆਪਣੇ ਮਾਂ ਬਾਪ ਵਾਸਤੇ ਅੱਖਾਂ ਦਾ ਤਾਰਾ ਦਿਲ ਨੀ ਠੰਡਕ ਦਿਲ ਨਾ ਚੈਨ ਅੱਖਾਂ ਦਾ ਨੂਰ ਹੋਵੇ ਅੱਲਾ ਕਰੀਮ ਆਕਾ ਨੇ ਦਰ ਨੀ ਹਰ ਇੱਲਤ ਹਰ ਜ਼ਿੱਲਤ ਹਰ ਕਿੱਲਤ ਤੋਂ ਮਾਨ ਕੇ ਕਾਇਨਾਤ ਇਸ ਕੀ ਰਹੀ ਅਤਾ ਫਰਮਾ ਔਰ ਜਨਾਬ ਮੁਹੰਮਦ ਰਸੂਲੁੱਲਾ ਔਰ ਆਪ ਦੀ ਆਲ ਪਾਕ ਨੇ ਦਰ ਨੀ ਗੁਦਾਈ ਅਤਾ ਫਰਮਾ ਮਾਂ ਬੁੱਧਾ ਕਹਿ ਦਿਓ ਆਮੀਨ ਤੋ ਜਿਤਨਾ ਖੂਬਸੂਰਤ ਮਾਂ ਇਤਨੀ ਖੂਬਸੂਰਤ ਮਾਫਲ ਔਰ ਇਹਨਾਂ ਦੀ ਖੁਸ਼ੀ ਵਿੱਚ ਜਿਸ ਖੁਸ਼ੀ ਵਿੱਚ ਹਜ਼ੂਰ ਦੀ ਖੁਸ਼ੀ ਹੋਵੇ ਨਾ ਅਸਲ ਸੜੀ ਅਸਲ ਇਹ ਮਾਫਲ ਮਿਲਾਦ ਮਨਾਉਣ ਦਾ ਮਕਸਦ ਇਹ ਆ ਕਿ ਇਹ ਸਾਡੇ ਪੁੱਤਰੀਏ ਦੀ ਸ਼ਾਦੀ ਵੀ ਹੈ ਤੇ ਇਸ ਵਿੱਚ ਅਸਾਂ ਨੇ ਅੱਲਾਹ ਨੇ ਰਸੂਲ ਦੀ ਤਾਰੀਫ ਵੀ ਹੋਈ ਹੈ ਹਜ਼ੂਰ ਨਾਲ ਮਿਲਾਦ ਵੀ ਹੋਈ ਹੈ ਤੋ ਜਿਹਨਾਂ ਸਾਹਿਬਾਨਾਂ ਨਾਤਾਵਾਂ ਦਾ ਸਾਡੇ ਨਾਲ ਇਸ ਸਿਲਸਿਲਾ ਚੌਕ ਵਾਲੀ ਨਾਲ ਤਲੁਕ ਆ ਮੇਰੀ ਮੁਰਾਦ ਜਨਾਬ ਰਾਜਾ ਮਨਾਜ਼ਰ ਕਿਆਨੀ ਸਾਹਿਬ ਬੜੇ ਖੂਬਸੂਰਤ ਭਾਈ ਸਾਡੇ ਦੋਸਤ ਜਨਾਬ ਤਾਲਬ ਕਿਆਨੀ ਸਾਹਿਬ ਚੌਧਰੀ ਉਸਾਮਾ ਸਾਹਿਬ ਦੋਲੇ ਨੇ ਦੋਸਤ ਤਮੈਰ ਨਾਲ ਤਲੁਕ ਆ ਗੁਲਰੇਜ਼ ਕਿਆਨੀ ਸਾਹਿਬ ਛੋਟੇ ਅਜ਼ੀਜ਼ ਜਨਾਬ ਅਦੀਲ ਕਿਆਨੀ ਸਾਹਿਬ ਸਰਫਰਾਜ਼ ਕਿਆਨੀ ਸਾਹਿਬ ਅੱਲਾ ਪਾਕ ਨੇ ਵੀ ਸਲਾਮਤ ਰੱਖਿਆ ਆਜ ਛੁੱਟੀ ਨਹੀਂ ਫੜੀ ਨੇ ਜਿਤਨਾ ਵੀ ਮਿਹਰਬਾਨ ਹੈ ਸਾਰੇ ਜਾਣਦੇ ਹੈਗੇ ਅੱਲਾ ਸਾਰੀ ਸਲਾਮਤ ਰੱਖਿਆ ਬਿਲਾ ਤਾਖੀ ਮੇਰੇ ਨਾਲ ਮਿਲ ਕੇ ਇੱਕ ਦਫਾ ਸਾਰਿਆਂ ਕਰੀਮ ਆਕਾ ਜਨਾਬ ਮੁਹੰਮਦ ਰਸੂਲੁੱਲਾ ਸੱਲੱਲਾਹੁ ਅਲੈਹਿ ਵਸੱਲਮ ਦੀ ਬਾਰਗਾਹ ਵਿੱਚ ਹਦੀਆ ਏ ਸਲਵਾਤ ਸਾਰੇ ਰਲ ਕੇ ਬੜੋ ਅਸਲਾਤੋ ਵਸਲਾਮੁ ਅਲੈਕਾ ਯਾ ਸੈਯਦੀ ਯਾ ਰਸੂਲੁੱਲਾ ਅਸਲਾਤੋ ਵਸਲਾਮੁ ਅਲੈਕਾ ਯਾ ਸੈਯਦੀ ਯਾ ਹਬੀਬੱਲਾ ਅਸਲਾਤੋ ਵਸਲਾਮੁ ਅਲੈਕਾ ਯਾ ਸੈਯਦੀ ਯਾ ਨਬੀ ਅੱਲਾ ਵਅਲਾ ਆਲਿਕਾ ਵਅਸਹਾਬਿਕਾ ਯਾ ਰਹਿਮਤੁਲ ਲਿਲ ਆਲਮੀਨ ਇਸ ਯਕੀਨੇ ਮੌਕਮ ਨਾਲ ਪੜਨਾ ਅੱਲਾ ਸੋਹਣੇ ਜਦੋਂ ਦੁਨੀਆ ਤੇ ਆਏ ਸੀ ਅੰਦਰ ਕੰਨ ਵਿੱਚ ਆਵਾਜ਼ ਪਈ ਸੀ ਅਸ਼ਹਦੁ ਅਨ ਮੁਹੰਮਦ ਰਸੂਲੁੱਲਾ ਅੱਲਾ ਜਦ ਤੱਕ ਜੀਨੇ ਰਹੀ ਹੈ ਇਸ ਕਲਮੇ ਦੀ ਛਤਰੀ ਇੱਥੇ ਰਹੀ ਹੈ ਮਬੁੱਲਾ ਕਾਦੀ ਆਮੀਨ ਤੇ ਜਦੋਂ ਕਫਸੀ ਅਸਲੀ ਤੋਂ ਰੂਹ ਪਰਵਾਜ਼ ਕਰੇ ਤਾਂ ਅਸਾਂ ਤੁਸਾਂ ਸਾਰੇ ਪੜਨੇ ਜਾਈਏ ਲਾ ਇਲਾਹਾ ਇੱਲੱਲਾਹੁ ਮੁਹੰਮਦ ਰਸੂਲੁੱਲਾ ਸਮਾਈਨੇ ਜੀ ਵਕਾਰ ਆਗਾਜ਼ੇ ਮਾਫਲ ਤੇ ਅੱਲਾ ਤਬਾਰਕ ਤਾਲਾ ਨੇ ਸੋਹਣੇ ਨਾਂ ਤੋਂ ਕੁਰਾਨ ਮਜੀਦ ਫੁਰਕਾਨੀ ਅਮੀਦ ਨੇ ਬੜੀ ਖੂਬਸੂਰਤ ਸੂਰਾ ਜਿਸ ਵਿੱਚ ਅੱਲਾ ਪਾਕ ਇਰਸ਼ਾਦ ਫਰਮਾਣੇ ਆਊਜ਼ ਬਿੱਲਾਹਿ ਮਿਨਸ ਸ਼ੈਤਾਨਿ ਰਜੀਮ ਬਿਸਮਿ ألم نشرح لك صدرك ووضعنا عنك وزرك الذي أنقض ظهرك ورفعنا لك ذكرك ورفعنا لك ذكرك ورفعنا ਸਮੇਂ ਸੀ ਬਕਾਰ ਐ ਮਹਿਬੂਬ ਅਮਨ ਤੇਰੇ ਜ਼ਿਕਰ ਕੋ ਬੁਲੰਦ ਕੀਆ ਸ਼ਾਦੇ
خدا بندی ہے کہ جتنے اللہ اور اللہ نے رسول نہ ذکر خیر ہوا ہے اتنے اللہ نے لوری بنائے کی جانے یہ شغل بھی ہو جائے ساری عبادت بھی ہو جائے تو میں امید کرنا ہے کہ انشاءاللہ پورا من رہ سو با ادب رہ سو جدو با ادب رہ سو تو یاد رکھا ہے حضور کی محفل ہے تو کوئی بندہ خالی نہیں جائے سکتا یہ نہ تسانی محفل ہی نہ ماڑی ہے یہ اللہ اور اللہ نے رسول کی محفل ہے تو تبصر بنے جناب طارق کہانی صاحب اور یہ سارے پتریا جناب علی کہانی تلاوت قرآن مجید فرقان حمید تو بعد چند بول کریم آقا جناب محمد رسول اللہ سرکار مدینہ سہور قلب وسینہ محتر محتر پسینہ تاجدار ختم نبوت جناب محمد رسول اللہ صلی اللہ علیہ وآلہ وسلم دی بارگاہ وچ غلہ عقیدت پیش کرنے واسطے میں ملتمس ہاں علی حیدر بزمی کی علی حیدر بزمی صاحب سٹیج تے آؤ اور بارگاہ رسالت مآب صلی اللہ علیہ وآلہ وسلم وچ غلہ عقیدت حضور کریم آقا صلی اللہ علیہ وسلم دی بارگاہ وچ ہدیہ عنایت نعرہ تکبیر جس طرح اللہ سونے کا نام بڑا نا نگر بڑا خوبصورت سا تو چنگا چھنڈی بھی دکھا دے تو منڈی کا دکھا دے تو پھر اسی شرمانا نہیں ہے نعرہ تکبیر نعرہ رسالت نعرہ رسالت نعرہ حیدری تاجدار ختم نبوت صلی اللہ علیہ وسلم یا رسول اللہ وسلم علیک یا حبیب اللہ ایک میں ہی سے ہمیں جس نے خود پار لگانا ہے کل پل سے ہمیں جس نے خود پار لگانا ہے زہرا کا وہ بابا ہے حسنین کا نانا ہے ایک میں ہی نہیں ان پر قربان زمانہ ہے ماشاءاللہ سبحان اللہ سبحان اللہ ایک میں ہی نہیں ان پر قربان زمانہ ہے جو رب تو عالم کا محبوب جگانا ہے کل پل سے ہمیں جس نے خود پار لگانا ہے زہرا کا وہ بابا ہے حسنین بنانا ہے سمائنی جی بکان اللہ تبارک تعالیٰ دی بارگاہ بھی جلتا جائے کہ خالق کائنات مالک کائنات جناب محمد و آل محمد نہ صدقہ حضور نے جتیہ نہ صدقہ جناب سیدہ طیبہ طاہرہ زاہدہ عابدہ ساجدہ جناب فاطمہ سلام اللہ علیہ دی پردہ داری کا صدقہ اللہ اس طرح نے اس طریقے اپنی رحمتاں نہ نزول فرمایا اللہ کیانی صاحب کی کیانی صاحب نے کنبے قبیلے کی اللہ پاک دین دنیا نہیں آنا
ਸਾਰੀਆਂ ਰਹਿਮਤਾਂ ਨਿਹਮਤਾਂ ਤੋਂ ਸਰਫਰਾਜ਼ ਫਰਮਾਏ। ਮਾਲਕੇ ਕਾਇਨਾਤ ਹਰ ਇੱਲਤ ਹਰ ਜ਼ਿੱਲਤ ਹਰ ਕਿੱਲਤ ਰਿਹਾਈ ਅਤਾ ਫਰਮਾਏ ਔਰ ਕਰੀਮ ਆਕਾ ਜਨਾਬ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਦਰਨੀ ਗੁਜ਼ਾਈ ਅਤਾ ਫਰਮਾਏ। ਤੇ ਇਸੇ ਹੀ ਅਲਫਾਜ਼ਾਂ ਨਾਲ ਦੁਆਇਆ ਕਲਮਾਤਾਂ ਨਾਲ ਮਾਫਲੇ ਸ਼ਰਖਾਨੀ ਨਾਲ ਆਗਾਜ਼ ਕਰਸਾਂ ਸਦਾ ਬਹਾਰ ਕਹਿੰਦੀ ਸਾਹਿਬ ਸਦਾ ਬਹਾਰ ਤੇ ਹੀ ਇਸ ਬਾਗੇ ਮਬੱਲਾ ਕਹਿ ਦਿਓ ਆਮੀਨ। ਸਦਾ ਬਹਾਰ ਤੇ ਹੀ ਇਸ ਬਾਗੇ ਇੱਥੇ ਕਦੇ ਖਿਜ਼ਾ ਨਾ ਆਵੇ। ਉਹ ਵਨ ਫੈਜ਼ ਹਜ਼ਾਰਾਂ ਤਾਈ ਹਰ ਭੁੱਖਾ ਫਲ ਖਾਵੇ ਇਲਾਹੀ ਬਹੱਕੇ ਬਨੀ ਫਾਤਿਮਾ ਕੇ ਬਰ ਕੋਲ ਈਮਾ ਕੁਨੀ ਖਾਤਮਾ ਅਗਰ ਦਾ ਵਤਨ ਰੱਤ ਕੁਨੀ ਵਰ ਕਬੂਲ ਮਨੋ ਦਸਤ ਦਾ ਮਾਨ ਆਲੇ ਰਸੂਲ ਬਹੱਕੇ ਲਾ ਇਲਾਹਾ ਇਲਾਹ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ। ਸਾਜ਼ੀਨਾ ਸੜੇ ਮਸ਼ਹੂਰ ਮਾਰੂਫ ਪਟਵਾਰ ਨੇ ਸਰਦਾਰ ਨਵਾਜ਼ ਹਾਜੀ ਰਫਾਕਤ ਸਾਹਿਬ ਜਨਾਬ ਅਤੁਲਕ ਔਰ ਪੇਂਟੀ ਮਾਸਟਰ ਅਫਜ਼ਲ ਵਹੀਦ ਸਾਹਿਬ ਕੜਾ ਨਵਾਜ਼ ਜਨਾਬ ਮੁਬਾਰਕ ਸਾਹਿਬ ਅਬਾਸ ਸਾਹਿਬ ਔਰ ਸਾਡੇ ਤੋਲਕ ਮਾਸਟਰ ਜਨਾਬ ਸਾਈਂ ਸਾਹਿਬ ਇਹ ਥੋੜ੍ਹੀ ਦੇਰ ਆਪਣੇ ਫੰਡ ਨੂੰ ਮੁਜ਼ਾਹਰਾ ਕਰ ਸਕ ਔਰ ਸ਼ੇਰ ਖਾਨ ਜਿਹੜੇ ਆ ਉਹ ਮੇਰੇ ਸ਼ਾਗਿਰਦ ਜਨਾਬ ਰਾਜਾ ਕਮਰ ਜ਼ਮਾਨ ਸਾਹਿਬ ਔਰ ਰਾਜਾ ਮਮਰੇਜ਼ ਸਾਹਿਬ ਬਿਸਮਿਲ੍ਲਾਹ ਜੀ ਸਾਹਿਬ
پھٹ گئی ہے تالیاں یہ چل بسم اللہ سے ویلکم جی راجو بیت صاحب ویلکم راتی پوری محفل سنی گئے عبید بھائی بڑی گھر دی السلام علیکم ملک صاحب کیا حال ہے سناؤ ٹھیک ہے شکر بھائی سلام چاہیے دیتا تو سن کی بڑھ نہیں ہو رہا Hey!
ਦਾ ਖਾਨ ਮੈਂ ਜ਼ਹਰਾ ਦੇ ਲਾਲ ਦਾ ਬੜਾ ਖੂਬਸੂਰਤ ਸ਼ੇਰ ਕਬਰ ਜ਼ਮਾਨ ਨੇ ਵੇਸ਼ੀ ਤੈ ਐ ਮਾਨ ਕੇ ਕਾਇਨਾ
ਨੇ ਫਸਲ ਕੋ ਵਰਤਾ ਜਿਹੜਾ ਹਰ ਕੋਈ ਜਹਾਨ ਦਾ ਪਾਲਾ ਨਾਰ ਹੈ ਉਹ ਗਫੂਰ ਰਹੀ ਮੈਂ ਸਮੀਰ ਬਸੀਰ ਹੈ ਇਨ ਅੱਲਾਹ ਅਲਾ ਕੁਲ ਸ਼ੈ ਕਦੀਰ ਹੈ ਬੜੀ ਖੂਬਸੂਰਤ ਇੱਕ ਰੁਬਾਈ ਅਨਵਰ ਫਿਰਾਦ ਸਰਦਾਰ ਨੇ ਯਾਦ ਆਈ ਸਰਦਾਰ ਫਰਮਾਏ ਕਿ ਥੋੜੀ ਇੱਕ ਬੰਦਾ ਇਸ ਤਰੀਕੇ ਨਾਲ ਮਸਜਿਦ ਨਬੀ ਚ ਰੋਣਾ ਪਿਆ ਕਿ ਜਿਸ ਨੇ ਆਸੂ ਜਿਹੜੇ ਆ ਉਹ ਮਸਜਿਦ ਨਬੀ ਨੇ ਸਹਿਣ ਤੋਂ ਬਾਹਰ ਆ ਗਏ جناب یعقوب علیہ السلام ایک پتر گمیا سرکار نو 40 سال زندہ رہی تے بھی رونگے ایک پتر ہے میرے سامنے شہید ہوئی جناب نے پوچھا بھائی اس طریقے نال رونے ہو پے تسا آخر گے پتہ نہیں مڑے اللہ کی بڑی کی ادا پسند آسی جانے سے امام سجاد جنہیں بیمار کربلا بھی آگیا گیا جنہیں تو اہل بیت اتار میں نظام چلیا مرزا سرفراز کیانی صاحب عدیل کیانی فہد کیانی عثمان کیانی طیب کیانی زیشان کیانی اور اج دی محفل میں چیف گیسٹ دولا علی کیانی سر بھائی تو شعر بڑا خوبصورت ہے امام سجاد نے جب پوچھا گیا بھائی سرکار تسا اور اس طریقے نال رو رہے ہو تو جناب نے خوبصورت عرض کی تھی آپ فرمانا کہ جس آمدن ہے قابل ہے تو مولا او میرے سجنوں ਇਤਨਾ
टीवी और बग्याल सॉन्ग सर्विस साढ़े भाई राजा चमरेज साहब और साउंड ऑपरेटर जनाब जकीर अहमद बड़ा ही खूबसूरत नाम बग्याल सॉन्ग सर्विस सदाबहार सॉन्ग सर्विस फरमाइशी हवाले न आज भी मैं फिर चीफ गेस्ट दूधा अली ज्ञानी और चौधरी उसामा कमैर तो दूधे साहब ने जितने भी दोस्त थे और मेरे भाई इज्जत बाप एक बड़ा ही खूबसूरत नाम खूबसूरत भाई साढ़े जनाब तारुक ज्ञानी साहब और जनाब तालुक ज्ञानी साहब मालुक ज्ञानी साहब साढ़े भाई इज्जत माप राजा मनाजर ज्ञानी साहब ऐसी नाच सुनाने लगा और इस नाच में स्वाद चढ़ाया जनाब गुरेज ज्ञानी साहब अदील ज्ञानी इन्होंने चाहते और इस नाच में स्वाद सर भाई जावेद ज्ञानी साहब अरुण मकदूर और ममरेज ज्ञानी औरंगजेब ज्ञानी बड़ा ही ना सा जरा जोग ना अल्लाह सारे की करवट करवट जन्नत नसीब फरमाए साढ़े भाई गालिब ज्ञानी साहब अल्लाह पाक हर कदम ते उन्हें बरकत रहमतां नसीब फरमान आज नहीं अदायगी इस तक ही हुई एक मिनट जरा खड़ी खचो आपको फरमाइश पर अल्लाह तआला ने रसूल नहीं मैं बोली फिर कोई पड़ी एक ऐसी एक दो मिनट चल रहा पढ़ी तो फिर शायद सफी साहब अली पुरतवाए ते सारे जितने भी ये मेहरबान अंदर है इन्हें सारे नहीं हजूर ने नाय नाल मोहब्बत रखिया करो और जड़ी मैं नाच सुना लगा इंशाल्लाह मैं दावे ना लाखना इस तो खूबसूरत कोई चीज थी ये कोई मैं बोला कह दियो सुभान अल्लाह तो बोल के ले जड़ी साहब Oh.
Come on.
आता दे दीवारों पे मार रहे हैं।
ਦੇ ਘਰ ਵਿੱਚ
साढ़ा प्रोग्राम सुनना है। मेरी मुराद साढ़े भाई शक्कर सत्ती साहब जेडे रियाज भी क्याम पजीरे आमर सत्ती साहब रियाज भी क्याम पजीरे कोटी सत्तिया आसान सनवाली नाल तल्लुक है जनाब नाल और मेरे हासन खास भाई सरदार साकब खान साहब रियाज भी क्याम पजीरे सरदार जफर अहमद साहब हाल मकीम जद्दा सऊदी अरेबिया बड़े मेरे मेहरबान है। हर साल उम्र की अदायगी वास्ते अस जाने सारी बड़ी खिदमत करने अल्लाह उन्हें की दीन दुनिया दिया तलाइया अता फरमाए। रियाज भी काफी सारे दोस्त है मैं सीधा सीधा दोस्तों ने ना चाहिए ना और सारे बड़ी खूबसूरत भाई साढ़े यूके भी क्या वजीरे फखरे पठवार स्पोर्ट एंड कल्चर फोरम यूके भी जितने भी गुलाम मुर्जा पट्टी साहब है जनाब तारक तारिक बड्डा जनाब राजा अमर साहब बाजिए गुज खान भी तशरीफ ले आए इन्होंने सारे दोस्तों ने चाहते बिस्मिल्लाह जी बिल्कुल होना ना हुआ ना लगे ना लगा सा इज्जत माव अरशद कियानी साहब वेलकम जी आया नू जिन्होंने ना किते या जिन्होंने नहीं किते गुम्बद खजरा साहब के रमाजन नसीम सती न्यूयॉर्क We'll be right back.
جناب تارک صاحب کی فرمائش ہے اس کا یہ جڑا قسم کا گھرانا ہے نا اس نے بڑے احسان ہے آل نبی اور اولاد علی اوپر اور میں سلام پیش کرنا کہ اس گھرانے نے توسل مولا حسین دجبال جناب شہر بانو اور پھر امام سجاد زین العابدین حسین پاک کے لخت جگر اور خصوصی محبت اور مبدت ہے کیانی برادران دی دکھڑ برادران دی آل نبی اولاد علی دینا تو میں جڑا قصیدہ پیش کرنا امید کر سکے سارا جڑا پنڈال جڑا ہے نا بہت سارے جنے والی محفل آنی ہے جنے بھی پنجی کافی ایک پانچ سات دس بندے بہت جنے والی محفل نہیں آنی محفل تھوڑے جے بندے آن نا رونقی آن پہ محفل کی چار چن لگی اس نے بسم اللہ جی بھائی دوا ہاں جن بنیا وہ بدی ہویا
حسین اصل میں مر گئی یزید ہے اور اسلام زندہ ہوتا ہے ہر کربلا کے بعد شاہ است حسین مچھل کے فرمایا بادشاہ است حسین دین است حسین دین پناہ است حسین کے بنا لا الہ است حسین پھر فرمایا نماز وچ حسین نماز وچ حسین نماز وچ حسین اذان وچ حسین
ਹੁਣ ਜਰਾ ਕਿ ਨਿੱਕੀਆਂ ਕੀ ਰਾਜ਼ੀ ਕਰਸਾਂ ਤੇ ਤੁਸਾਂ ਪਤਰੀਆਂ ਥੋੜੀ ਜਿਹੀ ਦੇਰੀ ਇਸ ਤਰ੍ਹਾਂ ਵਾਲਾ ਕੋ ਰੱਖੋ ਇੱਕ ਕੁਰਸੀ ਕੀ ਨੀਚੋ ਤਾੜੀਆਂ ਕੀ ਚਲ ਮਾਰੇ ਪਤਰੀ ਇਸ ਤਰ੍ਹਾਂ ਵੈਲਕਮ ਜੀ ਆਇਆਂ ਨੂੰ ਅੱਜ ਦੀ ਮਹਿਫਲ ਵਿੱਚ ਚੀਫ ਗੈਸਟ ਅਲੀ ਕਿਆਣੀ ਠੀਕ ਹੋ ਗਿਆ ਅੱਥਾ 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 ਰੱਖੋ ਸਾਹਮਣੇ ਮੈਂ ਅਰਜ਼ ਕੀਤੀ ਸੀ ਜਿਹੜਾ ਮੈਂ ਇਸ ਵਜ੍ਹਾ ਤੋਂ ਨਹੀਂ ਆਉਣਾ ਅਲੀ ਅਗਰ ਸਾਥੇ ਨਾਲ ਇੱਥੇ ਨਾਲ ਚੁਣਾ ਦਿੱਤੀ ਅਲੀ ਕਿਆਨੀ ਤੇ ਅਲੀ ਆਦਰ ਦਸਵੀ ਕਲੈਪਿੰਗ ਹੋਈ ਚਾਹ ਯਾਰ ਕਲੈਪਿੰਗ ਹੋਈ ਚਾਹ ਦਸਵੀ ਇੱਥੇ ਮੇਰਾ ਪੁੱਤਰ ਪਿਆ ਹੋਇਆ ਜ਼ਬਰਦਸਤ ਬਸ ਇੱਥੇ ਠੀਕ ਹੈ ਇੱਕ ਲੋਕ ਗੀਤ ਮੈਂ ਲਿਖਿਆ ਮੈਂ ਹਲੇ ਲੋਕ ਗੀਤ ਸੀ ਪਤਾ ਬਈ ਮੈਂ ਨਾਥ ਪੜ੍ਹਨੇ ਵਾਲਾ ਬੰਦਾ ਮੈਂ ਜ਼ਿੰਦਗੀ ਆਪਣੀ ਬਈ ਇਹ ਮਾੜੀ ਆ ਨਾ ਮੈਂ ਅੱਲਾਹ ਔਰ ਅੱਲਾਹ ਨੇ ਮਹਿਬੂਬ ਨੀ ਨਾਥ ਪੜ੍ਹਨਾ ਹੋਣ ਵਾਲਾ ਰੂਹ ਕਫਸੇ ਸੀ ਤੂੰ ਪਰਵਾਸ ਕਰਕੇ ਚਾਹੁੰਦੇ ਇਨਸ਼ਾ ਅੱਲਾਹ ਇਹ ਗੱਲ ਉਹ ਸੀ ਅੱਲਾਹ ਔਰ ਅੱਲਾਹ ਨੇ ਰਸੂਲ ਨਾਲ ਮੈਂ ਹੁਕਮੇ ਨਾਲ ਇਹ ਗੱਲ ਉਹ ਸੀ ਇਹ ਪਿਆਰ ਨਾ ਮਾਪਤਾ ਨੂੰ ਸੋਚਦਾ ਆ ਥੋੜੀਆਂ ਥੋੜੀਆਂ ਸਾਰੀਆਂ ਦਿਓ ਪੁੱਤਰ ਇਹ ਪੁੱਤਰ ਚਾਹੀਦੇ ਨੇ ਅਲਾ ਦੇਸੀ ਪੁੱਤਰ ਸਾਰੇ ਹੀ ਦੇਸੀ ਬਿਸਮਿਲਾ ਬਸ ਕਹਿ ਜੀ ਪਿਓ ਤੁਸਾਂ ਇਮਰਾਨ ਗਿਆਨੀ ਉਰਫ ਬਿੱਲਾ ਜਨਾਬ ਆਲਮ ਕੀਮ ਸਾਊਦੀ ਅਰੇਬੀਆ ਇਹਨਾਂ ਦੀ ਵਿਚਾਰ ਦੀ ਸਾਰੀ ਪਿੰਡਾਂ ਦੀ ਨਜ਼ਰ ਹੈ ਬਿਲ ਖਸੂਸ ਖਸੂਸੀ ਨਜ਼ਰ ਸਾਡੇ ਭਾਈ ਇੱਜ਼ਤ ਮਾਨ ਤਾਰੁਕ ਕੈਨੀ ਸਾਹਿਬ ਦੂਲੇ ਨੇ ਵਾਲਾ ਬਜ਼ੁਰਗਵਾਰ ਅੱਲਾ ਇਹਨਾਂ ਦੀ ਸਦਾ ਸਲਾਮਤ ਰੱਖਾਏ ਖੁਸ਼ੀਆਂ ਹਮੇਸ਼ਾ ਇਹਨਾਂ ਦੀ ਦੇਈ ਰੱਖਿਆ ਔਰ ਗੁਰਰੇਜ ਕਿਆਨੀ ਸਾਹਿਬ ਰਾਜਾ ਮਨਾਜ਼ਰ ਕਿਆਨੀ ਚੌਧਰੀ ਉਸਾਮਾ ਅਫਤਮੈਰ ਅਦੀਲ ਕਿਆਨੀ ਚਰਾ ਚੌਧਰੀ